ਇਹ ਕੀ ਆ ਇਹ ਇਹਦੇ ਰੰਗ ਕੀ ਕਰਦੇ ਆ ਇਹ ਇਹ ਜਦੋਂ ਸ਼ੂਟਿੰਗ ਕਰਦੇ ਆ ਉਦੋਂ ਆਏ ਮਾਰਦੇ ਆ ਅੱਛਾ ਲਓ ਜੀ ਫਾਈਨਲੀ ਅਸੀਂ ਲਾਸਟ ਦਿਨ ਲਈ ਅਸੀਂ ਇੱਥੇ ਪਹੁੰਚ ਚੁੱਕੇ ਆ ਸੋ ਇਦਾਂ ਸਾਡਾ ਪਤਾ ਨਹੀਂ ਕਾਹ ਸੇ ਆ ਰਹੀ ਹੈ ਅੱਜ ਸਾਡਾ ਲਾਸਟ ਡੇ ਨਹੀਂ ਸਾਡਾ ਅੱਜ ਵੈਸੇ ਸ਼ੂਟ ਦਾ ਅੱਜ ਲਾਸਟ ਡੇ ਹੈ ਨਾ ਇੱਥੇ ਸਾਰਾ 1 ਮਹੀਨੇ ਬਾਅਦ ਫੇਰ ਮੂਵੀ ਦੁਬਾਰਾ ਸ਼ੂਟ ਹੋਊਗੀ ਥੋੜਾ ਸ਼ਡਿਊਲ ਇਹਨਾਂ ਦਾ ਜੂਨ ਚ ਫੇਰ ਅਸੀਂ ਆਵਾਂਗੇ ਅੱਜ ਅਸੀਂ ਆ ਚੁੱਕੇ ਆ ਹੁਣੇ ਹੀ ਤਿਆਰ ਰੈਡੀ ਹੋ ਚੁੱਕੇ ਆ ਕੱਲ ਦਾ ਹੀ ਸਾਰਾ ਡਰੈਸ ਪਾ ਤੇ ਚੱਲਦੇ ਆ ਅੱਜ ਵਧੀਆ ਹਾਂ ਧਿਆਨ ਹੀ ਕਰੀਦਾ ਹੁੰਦਾ ਜੋ ਖੁਸ਼ खुशबू आया खुशबू चलो जी करो नूर ना गल हेलो जी सारे जने आज साडा लास्ट डे है असी कमरे तो तैयार होके आ गया असी वेंटी च बैठ गया वेंटी देख लो साडे कल भी थोनो दिखाई सी नहीं कल नहीं दिखाई कल भी दिखाई सी परसों आप दिखाई सी हां जी आज ही होर चेंज कर लिया हां हां सी 2 मिनट सासू तो मैं बैठे बाद में मेरा शूट होगा फिर अस आप दे करे जावांगे आज दे ब्लॉग च सारे तरह साडे नाल बस ओ जी शूट ले चलने हैं अज साडा लास्ट डे आ फिर 1 महीने बाद फिर शूटिंग आ अज दे नेड़े दे अनमोल भाजी ना नूर दा शूट आ आ हुंदा नूर किन्नी खुश यार चलो अज तां दुख जे आ हैना चल कोई नहीं अज चलिया नूर पेंड ते शूट फाइनल करके नूर पिया सुता वेखो कमे आ नूर रोटी खानी है हेलो सुता पे उठे हैं की है ਤੋਂ ਚਵਾਲ ਪੈ ਗਿਆ ਤੋਂ ਚਵਾਲ ਪੈ ਗਿਆ ਤੂੰ ਟੇਡਾ ਪਿਆ ਸੀ ਨਾ ਭਾਈ ਇੱਧਰ ਪੈ ਜਾ ਕਰਕੇ ਨਹੀਂ ਕੋਈ ਨਹੀਂ ਹੋ ਜਾਣਾ ਸੈੱਟ ਆ ਜਾ ਬਹਿ ਜਾ ਤੂੰ ਖਾਓ ਮੇਰੀ ਉਧਰ ਰੋਟੀ ਦੇ ਉਹਨਾਂ ਨੂੰ ਰੋਟੀ ਦੇ ਜੀ ਉਧਰ ਦੋ ਰੋਟੀ ਹੋਰ ਲੈ ਆ ਹਾਂਜੀ ਚੱਲਿਆ ਨੂਰ ਲਾਸਟ ਵਾਰੀ ਸ਼ਾਰਟ ਤੇ ਚਲੋ ਬਾਏ ਬਾਏ ਨੂਰ ਬਾਏ ਬਾਏ ਮੈਮ ਹਲੋ ਜੀ ਸਤਿ ਸ਼੍ਰੀ ਅਕਾਲ ਅਸੀਂ ਔਨ ਸੈਟ ਮੇਰੇ ਘਰ ਵਾਲੀ ਦੀ ਬਾਹਰ ਵਾਲੀ ਸੋ ਅੱਜ ਨੂਰ ਦਾ ਲਾਸਟ ਡੇ ਆ ਨੂਰ ਦਾ ਲਾਸਟ ਸ਼ਾਰਟ ਲਈ ਨੂੰ ਜਾ ਰਿਹਾ ਆ ਤੋ ਵੀਰ ਸੋ ਸਾਨੂੰ ਬਹੁਤ ਅੱਛਾ ਲੱਗਿਆ ਨੂਰ ਨਾਲ ਕੰਮ ਕਰਕੇ ਕਿਵੇਂ ਹੋ ਭਾਜੀ ਸਿੱਤਾ ਠੀਕ ਠਾਕ ਮੈਂ ਨੂਰ ਕੋ ਸੁਣ ਨੂਰ ਇਕਰਾ ਨੂਰ ਕਿਹੜਾ ਕਿਹੜਾ ਠੀਕ ਆ ਇਹਨੇ ਬੰਦ 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 ਕਿਹੜਾ ਠੀਕ ਆ ਆ ਚੱਲਿਆ ਨਾ ਨੂਰ ਲਾਸਟ ਰਹਿ ਗਿਆ ਨਾ ਸ਼ਾਰਟ ਆਪਣਾ ਅੱਜ ਵਾਪਸੀ ਹੋਈ ਹਾਂਜੀ ਭਾਜੀ ਓਕੇ ਭਾਜੀ ਓਕੇ ਭਾਜੀ ਖਾਲਾ ਬੱਤ ਖਾਲਾ ਨਾ ਲੈ बट खत्म नहीं होर वध गया वा एक बाहरला मौसम देख लो इथों नूर सोने दी लेफ्ट च वाट चलिया वा की कर लो बैग बाइक नहीं बाइक चलो जी अब हम नीचे जाएंगे और फिर हाँ गाड़ी में जाएंगे गाड़ी में गाड़ी में जाएंगे गाड़ी में जाकर छूटते जाएंगे चलो मिलते हैं हम छूट पे जाकर काम हो गया पहले गाड़ी में मिलेंगे पहले
ਨੂਰ ਜੀ ਉੱਥੇ ਕਹਿੰਦਾ ਹਿੰਦੀ ਬੋਲ ਗਿਆ ਤਾਂ ਹਿੰਦੀ ਬੋਲਣ ਲੱਗ ਗਿਆ ਪੰਜਾਬੀ 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 ਜਦ ਝੂਠ ਹੋ ਗਿਆ ਤਾਂ ਫਿਰ ਉਹ ਵਹਾਂ ਪਿਆ ਫਿਰ ਵਹਾਂ ਪੰਜਾਬੀ ਪੰਜਾਬੀ ਭਾਜੀ ਭਾਈ ਠੀਕ ਹੈ ਫਾਈਨਲੀ ਸਾਨੂੰ ਗੱਡੀ ਲੈਣ ਆ ਪਹੁੰਚੀ ਆ ਨੂਰ ਨੂੰ ਬਾਤਾ ਸੀ ਮੂਹਰੇ ਹਾਂਜੀ ਹਾਂਜੀ ਤੁਸੀਂ ਵੀਡੀਓ 'ਚ ਹੀ ਆ ਗਏ ਭਾਜੀ ਜਿਹੜੀ ਵੀਡੀਓ ਦਾ ਮੇਨ ਬਾਰ ਰਹੀ ਸਤਿ ਹਾਂਜੀ ਹਾਂਜੀ ਵਲੌਗ ਚੱਲ ਰਿਹਾ ਅੰਕਲ ਯੂਟਿਊਬ 'ਤੇ ਪਊਗਾ ਜੀ ਹਾਂਜੀ 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 ਨਾ ਨਾ ਕੋਈ ਚੱਕਰ ਨਹੀਂ ਭਾਜੀ ਲੋ ਜੀ ਹੁਣ ਅਸੀਂ ਸ਼ੂਟ ਤੋਂ ਆ ਚੁੱਕੇ ਆ ਚੇਂਜਿੰਗ ਕਰਨ ਤੇ ਸਾਰੇ ਜਣੇ ਸਾਡੇ ਨਾਲ ਜੁੜੇ ਰਹੋ ਅਸੀਂ ਉੱਥੇ ਵੀ ਬਣਾਇਆ ਸੀਗਾ ਵਲੌਗ ਉਦੋਂ ਮੈਂ ਸ਼ੂਟਿੰਗ ਕਰ ਰਿਹਾ ਸੀਗਾ ਮੈਂ ਬਿਜ਼ੀ ਸੀਗਾ ਤੇ ਉੱਥੇ ਮੈਂ ਗਾਣਾ ਸੁਣਾ ਕੇ ਆਇਆ ਵਾਂ ਡੀਅਰ ਮੋਮ ਤੇ ਤਾੜ ਕਰ ਤੁਹਾਨੂੰ ਵੀ ਸੁਣਾ ਦਿੰਦਾ ਤੁਹਾਨੂੰ ਇਸ ਕਾ ਤੇ ਸੁਣਾ ਸੀ ਹਾਂਜੀ ਥੈਂਕ ਯੂ ਜੀ ਲਓ ਜੀ ਨੂਰ ਕਰ ਰਿਹਾ ਚੇਂਜ ਅੱਜ ਫਿਰ ਪੰਜਵਾਂ ਦਿਨ ਸਾਡਾ ਚੱਲ ਪਿਆ ਵਾ ਤੇ ਪਤਾ ਹੀ ਨਹੀਂ ਲੱਗਿਆ ਸਾਨੂੰ ਪੰਜ ਦਿਨ ਇੱਥੇ ਆ ਪਟਕਾ ਪਟਕਾ ਵੀ ਚੇਂਜ ਕਰਨਾ ਪਹਿਲਾਂ ਫੌਕਸ ਤੇ ਉਹ ਪਾਸ ਨਹੀਂ ਕਰਦੇ ਇਹ ਵਾਲੇ ਬੰਨਾ ਬੈਠ ਜਾ ਕਿਧਰ ਟੇਬਲ ਤੇ ਬੈਠ ਜਾ ਮੰਮਾ ਉਹ ਬੰਨਾ ਮੈਂ ਸੰਤਰੀ ਰੰਗ ਦਾ ਆ ਗਏ ਇਹਨਾਂ ਥੋੜਾ ਥੋੜਾ ਮੈਚ ਹੁੰਦਾ ਉਹੀ ਉਹ ਵਾਲਾ ਕੱਢਿਆ ਮੈਂ ਹਾਂ ਤੂੰ ਕਿਧਰ ਹੋਇਆ ਮੇਰੇ ਫੇਵਰੇਟ ਕਲਰ ਕੱਢਿਆ ਮੰਮਾ ਨੇ ਉਹ ਦੀਦੀ ਬੋਲ ਕੇ ਗਏ ਸਾਰੇ ਫੇਵਰੇਟ ਹੀ ਆ ਕੱਪੜੇ ਵੀ ਕਿਉਂਕਿ ਇਹਦੇ ਨਾਲ ਦਾ ਪਟਕਾ ਉਹ ਪਿਆ ਪਟਕਾ ਸਾਰੇ ਫੇਵਰੇਟ ਹੀ ਕੱਢੇ ਉਹਨਾਂ ਨੇ ਹਾਂਜੀ ਅਸੀਂ ਨੂਰ ਨੇ ਕਿਹੜਾ ਗਾਣਾ ਸੁਣਾਉਣਾ ਉਹਨਾਂ ਨੂੰ ਫਿਰ ਨਵੇਂ ਲੈ ਦੇਣੇ ਕੱਲ ਨੂੰ ਨਿਊ ਲੈ ਕਿਹੜਾ 295 ਕੱਲ ਨੂੰ ਨਵੇਂ ਲੈ ਦੇਣੇ ਹਾਂ ਯੇ ਨਹੀਂ ਓ ਮਾਈ ਗੋਡ ਫਿਰ ਵੀ ਇਹ ਆਇਆ ਅੱਜ ਤਾਂ ਨਾ ਮਰਨੇ ਸੀ ਗਾਣਾ ਬੱਚਾ ਸੀ ਜਦੋਂ ਓ ਵਾਓ ਸਾਡੇ ਮੇਨ ਭਾਜੀ ਬੱਲੀ ਭਾਜੀ ਬੱਲੀ ਭਾਜੀ ਥੈਂਕ ਯੂ ਵੈਲਕਮ ਵੀਰੇ ਵੈਲਕਮ ਜੀ ਸਾਡੇ ਵਲੌਗ ਵਿੱਚ ਆਉਣ ਲਈ ਇਹ ਖੁਸ਼ ਕਿਸਮਤ ਆ ਨਹੀਂ 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 ਵੀਰੇ ਅਸੀਂ ਵੀ ਖੁਸ਼ ਤੁਸੀਂ ਸਾਡੇ ਨਾਲ ਮੂਵੀ ਕਰ ਰਹੇ ਹੋ ਓ ਮਾਈ ਗੋਡ ਬਹੁਤ ਵਧੀਆ ਲੱਗ ਰਿਹਾ ਨਾ ਨਾ ਪਤਾ ਨਹੀਂ ਹੈ ਸ਼ਾਇਦ ਧਰਮ ਕੋਟੋ ਲਏ ਜਾ ਮੋਗਾ ਓਕੇ ਇੰਨੀ ਉੱਚੀ ਬੋਲੀ ਨੂੰ ਠੀਕ ਆ ਹੋਰ ਚੱਲੀਏ ਪਿੰਡ ਅੱਜ ਜਿਹੜਾ ਮਰਜ਼ੀ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਕਿਹੜਾ ਸੋਹਣਾ ਵਾ ਯੈਲੋ ਜਾਂ ਇਹ ਗ੍ਰੇਨ ਨਾਈਸ ਪਾਉਣਾ ਕਿਹੜਾ ਹੋਣਾ ਆਹੀ ਪਾਲਾ ਨੂਰ ਅੱਛਾ ਜੀ ਬਾਏ ਬਾਏ ਕਰ ਦਿਓ ਅੱਜ ਤਾਂ ਚੱਲਿਆ ਜੀ ਨੂਰ ਚੱਲਿਆ ਨੂਰ ਹੋਰ ਹਾਂਜੀ ਹਾਂਜੀ ਉਹਨਾਂ ਨੇ ਪਰਮਿਸ਼ਨ ਦਿੱਤੀ ਬਹੁਤ ਅੱਛਾ ਲੱਗਿਆ ਨੂਰ ਤੁਹਾਨੂੰ ਮਿਲ ਕੇ ਪੜਨਾ ਥੈਂਕ ਯੂ ਮੇਰੇ ਵੀ ਚੱਕ ਕੇ ਬਾਅਦ ਦੇ ਆਪਾਂ ਜਲਦੀ ਤੋਂ ਸਾਨੂੰ ਚੱਲ ਸੀ ਜਦੋਂ ਤੋਂ ਬਾਈ ਕਰਦੇ ਨੇ
चलो चलिए मैं लिया सारे नू कपिल भाई थैंक यू मिल के बहुत वधिया लग्या थोड़ी टीम बहुत तगड़ी है थैंक यू मैडम थैंक यू वीरे कुछ नहीं किया थैंक यू चलो जी फाइनली डन भाई ਅੱਜ